ਵੱਡੀ ਜਿਹੜੀ ਅਪਡੇਟ ਦੇਣ ਲੱਗੇ ਆ ਜਿਹੜੀ ਕਿਸਾਨਾਂ ਦੀ ਲੁੱਟ ਹੋ ਰਹੀ ਆ ਮੰਡੀਆਂ ਦੇ ਵਿੱਚ ਉਹ ਤੁਹਾਡੇ ਤੱਕ ਪਹੁੰਚਾਉਣ ਲੱਗੇ ਆ ਕਿ 100 ਗੱਟੇ ਮਗਰ 5 ਗੱਟੇ ਜਿਹੜਾ ਕਿਸਾਨ ਨਹੀਂ ਦਿੰਦਾ ਉਹਦਾ ਝੋਨਾ ਨਹੀਂ ਜੋਖਿਆ ਜਾਂਦਾ। ਮੇਰਾ ਜੀ 3 ਕਿੱਲੇ ਦਾ ਝੋਨਾ ਹੈ, 2 ਟਰਾਲੀਆਂ, ਮੈਨੂੰ ਅੱਜ 9 ਦਿਨ ਹੋ ਗਏ ਇੱਥੇ ਬੈਠੇ ਨੂੰ, ਠੀਕ ਹੈ ਜੀ। ਆੜਤੀਏ ਦਾ ਜਿਹੜਾ ਮਨੀਮ ਹੈ ਉਹ ਮੈਨੂੰ ਇਹ ਕਹਿ ਰਿਹਾ ਕਿ ਸਾਥੋਂ ਸੇਲਰ ਵਾਲੇ ਗਾਂ ਮੰਗਦੇ ਆ, ਤੁਸੀਂ ਇਹਦੀ ਸੈੱਲ ਦੇ ਸਾਨੂੰ 5 ਗੱਟੇ ਦਿਓ ਤਾਂ ਤੁਹਾਡਾ ਝੋਨਾ ਇਹ ਭਰਿਆ ਜਾਊ। ਮੇਰੇ 5 ਕਿੱਲਿਆਂ ਦਾ ਝੋਨਾ ਜੀ, ਅੱਜ ਚੌਥਾ ਦਿਨ ਆ ਜੀ। ਹੁਣ ਕਹਿ ਕੀ ਰਹੇ ਆ? ਇਹ ਜੀ ਗੱਟੇ ਮੰਗਦੇ ਜੀ। ਅੱਛਾ, ਹਾਂ 5 ਗੱਟੇ ਦੇ ਦਿਓ, ਕਹਿੰਦੇ ਕੰਡਾ ਹੁਣ ਹੀ ਰੱਖ ਦਿੰਦੇ। ਇੱਕ ਪਾਸੇ ਧਾਲੀਵਾਲ ਸਾਹਿਬ ਬਿਆਨ ਦਿੰਦੇ ਨੇ ਕਿ 12 ਘੰਟਿਆਂ 'ਚ ਝੋਨਾ ਚੁੱਕਦਾ, 24 ਘੰਟਿਆਂ 'ਚ ਪੇਮੈਂਟ ਹੁੰਦੀ, 12 ਘੰਟਿਆਂ 'ਚ ਕੀ, 2 ਦਿਨਾਂ 'ਚ, 5 'ਚ ਵੀ ਨਹੀਂ, 10-10 ਦਿਨ ਹੋ ਗਏ। ਇਹ ਸਰਕਾਰ ਨੇ ਤਾਂ ਪਿਛਲੀਆਂ ਸਰਕਾਰਾਂ ਦਾ ਵੀ ਰਿਕਾਰਡ ਤੋੜਤਾ, ਕਿਉਂਕਿ ਅੱਜ ਤੋਂ 10 ਸਾਲ ਪਹਿਲਾਂ ਗੱਟੇ ਦੇ ਪੈਸੇ ਚੱਲਦੇ ਮੈਂ ਦੇਖੇ ਆ, ਮੈਂ ਖੁਦ ਦਿੱਤੇ ਆ, ਅਤੇ ਪਰ ਆ ਨਵੀਂ ਰੀਤ ਤੁਰ ਪਈ ਵੀ ਇਸ ਵਾਰ ਗੱਟੇ ਲੈ ਜਾ ਰਹੇ ਆ ਝੋਨੇ ਪਿੱਛੇ। ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਅਤੇ ਮੈਂ ਹਾਂ ਚਮਕੌਰ ਸਿੰਘ ਲੋਪੋ। ਦਰਸ਼ਕੋ, ਅੱਜ ਅਸੀਂ ਗਰਾਊਂਡ ਜ਼ੀਰੋ ਤੋਂ ਜਿਹੜੀ ਅਨਾਜ ਮੰਡੀ ਹੈ ਮੋਗੇ ਜ਼ਿਲ੍ਹੇ ਦੇ ਪਿੰਡ ਲੋਪੋ ਦੀ, ਉੱਥੋਂ ਤਸਵੀਰਾਂ ਦਿਖਾਉਣ ਲੱਗੇ ਹਾਂ ਕਿ ਤੁਹਾਨੂੰ ਇੱਕ ਵਾਰੀ ਮੰਡੀ ਦੀ ਹਾਲਾਤ ਦਿਖਾਉਂਦੇ ਹਾਂ ਕਿ ਇਹ ਲੋਪੋ ਦੀ ਅਨਾਜ ਮੰਡੀ ਹੈ ਜਿੱਥੇ ਪੱਖੇ ਲੱਗ ਰਹੇ ਨੇ। ਇਹ ਝੋਨਾ ਅਸੀਂ ਇੱਥੇ ਖੜਕਾ ਹੁੰਦਾ ਕਰਕੇ ਪੱਖਾ ਰਖਵਾਇਆ ਅਤੇ ਕਿਸਾਨ 5-7 ਦਿਨਾਂ ਤੋਂ ਬੈਠਾ, ਪਿੱਛੇ ਕਿਸਾਨ ਆ ਜਿਹੜੇ 10-12 ਦਿਨਾਂ ਤੋਂ ਬੈਠੇ ਆ। ਕਾਰਨ ਕੀ ਆ? ਵੱਡੀ ਜਿਹੜੀ ਅਪਡੇਟ ਦੇਣ ਲੱਗੇ ਆ ਜਿਹੜੀ ਕਿਸਾਨਾਂ ਦੀ ਲੁੱਟ ਹੋ ਰਹੀ ਆ ਮੰਡੀਆਂ ਦੇ ਵਿੱਚ ਉਹ ਤੁਹਾਡੇ ਤੱਕ ਪਹੁੰਚਾਉਣ ਲੱਗੇ ਆ ਕਿ 100 ਗੱਟੇ ਮਗਰ 5 ਗੱਟੇ ਜਿਹੜਾ ਕਿਸਾਨ ਨਹੀਂ ਦਿੰਦਾ ਉਹਦਾ ਝੋਨਾ ਨਹੀਂ ਜੋਖਿਆ ਜਾਂਦਾ। ਇੱਕ ਪਾਸੇ ਧਾਲੀਵਾਲ ਸਾਹਿਬ ਬਿਆਨ ਦਿੰਦੇ ਨੇ ਕਿ 12 ਘੰਟਿਆਂ 'ਚ ਝੋਨਾ ਚੁੱਕਦਾ, 24 ਘੰਟਿਆਂ 'ਚ ਪੇਮੈਂਟ ਹੁੰਦੀ, 12 ਘੰਟਿਆਂ 'ਚ ਕੀ, 2 ਦਿਨਾਂ 'ਚ, 5 'ਚ ਵੀ ਨਹੀਂ, 10-10 ਦਿਨ ਹੋ ਗਏ। ਸੋ ਕਿਸਾਨਾਂ ਦੇ ਨਾਲ ਗੱਲਬਾਤ ਹੋਈ ਆ, ਕੀ ਮੁਸ਼ਕਲਾਂ ਆ ਰਹੀਆਂ, ਕਿੰਨੇ ਦਿਨਾਂ ਤੋਂ ਬੈਠੇ ਆ, ਉਹ ਤੁਹਾਨੂੰ ਸੁਣਾਉਂਦੇ ਆ ਕਿ ਕਿਸਾਨਾਂ ਦਾ ਕੀ ਕਹਿਣਾ। ਜੀਤ ਸਿੰਘ ਜੀ, ਕਿੰਨੇ ਕਿੱਲਿਆਂ ਦਾ ਤੁਹਾਡਾ ਝੋਨਾ, ਕਿੰਨੇ ਦਿਨਾਂ ਦੇ ਬੈਠੇ ਇੱਥੇ? ਮੇਰਾ ਜੀ 3 ਕਿੱਲੇ ਦਾ ਝੋਨਾ ਹੈ, 2 ਟਰਾਲੀਆਂ, ਮੈਨੂੰ ਅੱਜ 9 ਦਿਨ ਹੋ ਗਏ ਇੱਥੇ ਬੈਠੇ ਨੂੰ, ਠੀਕ ਹੈ ਜੀ। ਆੜਤੀਏ ਦਾ ਜਿਹੜਾ ਮਨੀਮ ਹੈ ਉਹ ਮੈਨੂੰ ਇਹ ਕਹਿ ਰਿਹਾ ਕਿ ਸਾਥੋਂ ਸੇਲਰ ਵਾਲੇ ਗਾਂ ਮੰਗਦੇ ਆ, ਤੁਸੀਂ ਇਹਦੀ ਸੈੱਲ ਦੇ ਸਾਨੂੰ 5 ਗੱਟੇ ਦਿਓ ਤਾਂ ਤੁਹਾਡਾ ਝੋਨਾ ਇਹ ਭਰਿਆ ਜਾਊਗਾ। ਇਹ ਕਿੰਨੇ ਕਿੰਨੇ ਗੱਟਿਆਂ ਮਗਰ 5 ਗੱਟੇ ਚਾਹੀਦੇ? ਉਹਨਾਂ ਨੇ ਜੀ ਮੈਨੂੰ 100 ਗੱਟੇ ਮਗਰ 5 ਗੱਟੇ ਕਿਹਾ ਸੀ, ਠੀਕ ਹੈ। ਮੈਂ ਪਰ ਉਸਨੂੰ ਜਵਾਬ ਦੇ ਦਿੱਤਾ ਕਿ ਮੈਂ ਉਹਨਾਂ ਨੂੰ ਗੱਟੇ ਨਹੀਂ ਦੇਣੇਗੇ, ਮੇਰਾ ਝੋਨਾ ਭਰਨਾ ਹੈ, ਭਰੋ, ਨਹੀਂ ਭਰਨਾ ਨਾ ਭਰੋ, ਮੈਂ ਫਰੋਲ ਕੇ ਇਹਨੂੰ ਸੁਕਾ ਕੇ ਇਹਦੀ ਜਿਹੜੀ ਮੋਕਚਰ ਹੈ ਉਹ ਸਹੀ ਕਰਕੇ ਤੁਹਾਨੂੰ ਵੇਚ ਦੂੰਗਾ, ਪਰ ਮੈਂ ਤੁਹਾਨੂੰ ਗੱਟੇ ਨਹੀਂ ਦੇਣੇ। ਤੁਹਾਨੂੰ ਲੱਗਦਾ ਵੀ ਤੁਹਾਡਾ ਝੋਨਾ ਜਿਹੜਾ ਸਿੱਲਾ ਏ ਜਾਂ ਉਹਦੇ ਵਿੱਚ ਨਵੀਂ ਵਾਧਾ ਤੁਹਾਨੂੰ ਲੱਗਦਾ? ਨਵੀਂ ਉਹਦੀ ਮੈਂ 5 ਦਿਨ ਹੋ ਗਏ ਮੈਨੂੰ ਆਪ ਮਤਲਬ ਚੈੱਕ ਕਰਾਉਂਦੇ ਨੂੰ, ਇੱਕ ਦਿਨ ਮੈਂ ਫਰੋਲਿਆ ਸੀ ਉੱਥੋਂ 21 ਆਈ ਸੀ, ਹੁਣ ਮੈਨੂੰ 2 ਦਿਨ ਹੋ ਗਏ ਆ ਉਹਦੀ 22 ਆਉਂਦੀ ਆ ਨਵੀਂ, ਨਾ ਮੈਨੂੰ ਉਹਨੂੰ ਜ਼ਿਆਦਾ ਫਰੋਲਣ ਵਾਸਤੇ ਜਗ੍ਹਾ ਮਿਲ ਰਹੀ ਹੈ, ਠੀਕ ਹੈ। ਮੈਂ ਉਨੇ ਥਾਂ 'ਚ ਹੀ ਉਹ ਬੈਠਾ ਲੈ ਕੇ। ਪਹਿਲਾਂ ਤੁਸੀਂ ਜਦੋਂ ਮੰਡੀਆਂ 'ਚ ਆਉਂਦੇ ਸੀ ਕਿਤੇ ਪਹਿਲਾਂ ਵੀ ਗੱਟੇ ਦਿੱਤੇ ਵੱਧ? ਪਹਿਲਾਂ ਕਦੇ ਨਹੀਂ, ਮੈਨੂੰ 15 ਸਾਲ ਮਤਲਬ ਹੋ ਗਏ ਆ, 15 ਸਾਲ ਦੀ ਮੇਰੀ ਉਮਰ ਸੀ ਜਦੋਂ ਦਾ ਮੈਂ ਇਸ ਕੰਮ ਦੇ ਵਿੱਚ ਪਿਆ, ਮੈਂ ਅੱਜ ਤਾਈਂ ਗੱਟੇ ਨਹੀਂ ਦਿੱਤੇ ਗਏ ਕਿਸੇ ਵੀ ਆੜਤੀਏ ਨੂੰ। ਆੜਤੀਏ ਜ਼ਰੂਰ ਮੈਂ ਬਦਲੇ ਆ, ਸਾਰਾ ਕੁਛ ਕਰਿਆ, ਨਹੀਂ ਪਰ ਮੈਂ ਨਹੀਂ ਗੱਟੇ ਦਿੱਤੇ, ਨਾ ਮੈਂ ਅੱਜ ਦੇਣੇ ਆ। ਲੱਗਦਾ ਤੁਹਾਨੂੰ ਇਹ ਨਵੀਂ ਪਿਰਤ ਪੈ ਰਹੀ ਆ, ਕਿਸਾਨਾਂ ਨੂੰ ਬੋਲਣਾ ਚਾਹੀਦਾ ਜਿਹੜੇ ਵਿਚਾਰੇ ਇਹ ਗੱਟੇ? ਹਾਂ, ਬੋਲਣਾ ਚਾਹੀਦਾ। ਮੈਂ ਤਾਂ ਇੱਥੋਂ ਤੱਕ ਕਹਿੰਦਾ ਸੀਗਾ ਵੀ ਜਦੋਂ ਪਹਿਲੇ ਬੰਦਿਆਂ ਨੇ ਲਿਆ ਕੇ ਇੱਥੇ ਝੋਨੇ ਦੀਆਂ ਢੇਰੀਆਂ ਲਾਈਆਂ ਸੀਗੀਆਂ ਉੱਥੇ ਸਟੋਕ ਕਰਨਾ ਚਾਹੀਦਾ ਸੀਗਾ ਇਹਨਾਂ ਨੂੰ, ਤਾਂ ਕਿ ਇਹ ਹੋਰ ਝੋਨਾ ਨਾ ਲਵਾ ਸਕਣ ਅਤੇ ਇਹ ਕੰਮ ਉੱਥੇ ਹੀ ਰੁਕ ਜਾਵੇ। ਹੁਣ ਮੰਗ ਕੀ ਕਰਦੇ ਹੋ, ਕੀ ਹੋਣਾ ਚਾਹੀਦਾ ਤੁਸੀਂ? ਮੰਗ ਇਹਦੀ ਇਹ ਕਰਦੇ ਹਾਂ ਅਸੀਂ ਵੀ ਜਿਹੜੇ ਸੈਲਰ ਵਾਲਿਆਂ ਦੀ ਸਾਨੂੰ ਧਮਕੀ ਦੇ ਕੇ ਜਾਂ ਮਤਲਬ ਉਹਨਾਂ ਸਾਨੂੰ ਨਹੀਂ ਪਤਾ ਉਹ ਲੈਂਦੇ ਆ ਜਾਂ ਨਹੀਂ ਲੈਂਦੇ ਗੇ ਮੂਹਰੇ, ਉਹਨਾਂ ਦਾ ਨਾਂ ਲੈ ਕੇ ਵੀ ਉਹ ਸਾਥੋਂ ਸੈੱਲ ਭਾਲਦੇ ਆ ਤਾਂ ਕਿ ਉਹ ਸਾਥੋਂ ਗੱਟੇ ਮੰਗਦੇ ਆ, ਝੋਨਾ ਤੁਹਾਡਾ ਅਸੀਂ ਹੁਣੇ ਭਰ ਦਿੰਦੇ ਹਾਂ। ਸੈਲਰ ਵਾਲਿਆਂ ਦਾ ਨਾਂ ਲੈ ਕੇ ਤੁਹਾਨੂੰ ਡਰਾਇਆ ਜਾਂਦਾ ਕਿ ਜਾਂ ਨਹੀਂ ਤੁਹਾਡਾ ਟਰੱਕ ਮੋੜ ਦੇਣਗੇ ਨਹੀਂ ਗੱਟੇ ਦਿਓ? ਹਾਂ, ਸਾਨੂੰ ਇੱਥੋਂ ਤੱਕ ਵੀ ਕਿਹਾ ਗਿਆ ਕਿ ਤੁਸੀਂ ਜਿੰਨੀ ਇੱਥੇ ਮਤਲਬ ਹੈ, ਮੈਂ ਉਹਨਾਂ ਨੂੰ ਕਿਹਾ ਵੀ ਜੋ ਮਾਰਕੀਟ ਦੀ ਕਮੇਟੀ ਦੀ ਮਸ਼ੀਨ ਨੇ ਪਾਸ ਕਰਤਾ ਢੇਰੀ ਲਿਖਤੀ
वह तुहानू चक्कण दा हक बनता हैगा। ठीक है, उस साडा कोई लैन देन नहीं सेलर वाले ना। जिहड़ा सेलर यह मैनू जवाब देंदे आ कि जिहड़ा सेलर ते मौके आउंदा उस दे हिसाब नाल थोनू वह चुकाउणा पऊगा। अगे कितने सुनिया सी किसे सरकार च भी सेलर वाले मुक्चर कढ़ दे? बिल्कुल नहीं सुनिया सी। अच्छा, ये ऐतकी नवा होया। जसप्रीत तेरा किन्ना झोना, किन्ने दिन हो गए थोनू? मेरा ही 5 किल्लां दा झोना जी, चौथा दिन आ जी। मैनू हुण कह की रहे आ? ਇਹ ਜੀ ਗੱਟੇ ਮੰਗਦੇ ਜੀ। ਅੱਛਾ, ਹਾਂ 5 ਗੱਟੇ ਦੇ ਦਿਓ, ਕਹਿੰਦੇ ਕੰਡਾ ਹੁਣੇ ਰੱਖ ਦਿੰਦੇ। ਵਾਧੂ ਮੰਗ ਰਹੇ ਗੱਟੇ? ਹਾਂਜੀ, 100 ਮਗਰ 5 ਮੰਗਦੇ ਜੀ। ਅੱਛਾ, ਕਹਿੰਦੇ ਸੈਲਰ ਵਾਲੇ ਮੰਗਦੇ ਆ, ਕਹਿ ਕੀ ਰਹੇ? ਸੈਲਰ ਵਾਲੇ ਮੰਗਦੇ ਜੀ। ਅੱਛਾ, ਪਹਿਲਾਂ ਸਾਡਾ ਜੀ ਬਾਕਸਰ ਆ 21 ਜੀ, ਹਾਂ ਅੱਜ ਜੀ ਆਏ 22 ਜੀ ਇਹ। ਅੱਛਾ, ਬਦਲ ਲੱਗ ਗਿਆ? ਬਦਲ ਲੱਗ ਗਿਆ ਹਾਂਜੀ ਬਾਈ। ਉਹ ਟਕਿਆ ਵਿਆ ਸੀ, ਰਾਤ ਨੂੰ ਢੱਕ ਵੀ ਦਿੰਦੇ ਆ, ਸਵੇਰ ਲਾ ਵੀ ਦਿੰਦੇ ਆ, ਇਹ ਵਾਧਾ ਜੀ। ਇਹ ਜਿਹੜੀਆਂ ਤਰਪਾਲਾਂ ਦਿੱਤੀਆਂ ਇਹ ਇਹਨਾਂ ਨੇ ਫੜ ਵਾਲਿਆਂ ਨੇ ਪਾਈਆਂ ਕਿ ਤੁਸੀਂ ਆਪ ਪਾਈਆਂ? ਤਰਪਾਲਾਂ ਬਾਈ ਜੀ ਫੜ ਵਾਲਿਆਂ ਦੇ ਪਾ ਹੀ ਆਪ ਦਿੰਦੇ ਆ ਜੀ। ਆਪ ਪਾ ਦਿੰਦੇ? ਹਾਂਜੀ। ਸਵੇਰ ਸ਼ਾਮ? ਹਾਂਜੀ। ਮੰਗ ਕੀ ਕਰਦੇ ਹੁਣ? ਮੰਗ ਆਉਂ ਬਾਈ ਜੀ, ਇਕੱਲੇ ਬੰਦਿਆਂ ਦੀ ਖੇਤ ਦਾ ਕੰਮ ਵੀ ਕਰਨਾ, ਕਣਕ ਵੀ ਬੀਜਣੀ ਆ, ਸਾਰੇ ਕੰਮ ਕਰਨੇ, ਸਾਡੀ ਫਸਲ ਵੀ ਲੇਟ ਹੋਈ ਜਾਂਦੀ ਆ ਬੀਜਣ ਕੰਨੂ। ਸਾਡਾ ਇੱਧਰੋਂ ਖੜਾ ਛੁੱਟੂਗਾ ਜੀ, ਫੇਰ ਹੀ ਦੂਜਾ ਕੰਮ ਕਰਾਂਗੇ, ਦੂਜੀ ਫਸਲ ਲਾਵਾਂਗੇ ਜੀ। ਹਾਂ, ਮੰਡੀ ਦੇ ਵਿੱਚ ਅੱਜ ਤੁਸੀਂ ਦੇਖਿਆ ਕਿਵੇਂ ਲੱਗਦਾ? ਪਹਿਲਾਂ ਇਹ ਦੱਸੋ ਜੀ, ਕਿਸਾਨ ਇੰਨੇ ਦਿਨਾਂ ਤੋਂ ਰੁਲਦੇ, ਦੀਵਾਲੀ ਵੀ ਲੰਘ ਗਈ। ਅੱਗੇ ਕਹਿੰਦੇ ਹੁੰਦੇ ਸੀ ਲੋਕੀ ਵੀ ਚਾਨਣੀ ਦੀਵਾਲੀ, ਵੀ ਜੇ ਕਹਿੰਦੇ ਮੁੱਕਰ ਆਉਂਦੇ ਕਹਿੰਦੇ ਨਹੀਂ ਚਾਨਣੀ ਦੀਵਾਲੀ ਨੂੰ ਆ ਜਾਓ। ਤੁਹਾਨੂੰ ਲੱਗਦਾ ਨਹੀਂ ਇਹ ਕਿਸਾਨਾਂ ਤੋਂ ਝੋਨਾ ਖਰੀਦਣ ਨੇ ਮੁੱਕਰ ਕੇ ਵਿਚਾਰੇ ਚਾਨਣੀ ਦੀਵਾਲੀ ਦੇਖ ਕੇ? ਜਿਹੜੀ ਚਾਨਣੀ ਦੀਵਾਲੀ ਦੀ ਗੱਲ ਸੀ, ਅਸੀਂ ਸਰਕਾਰ ਬਦਲੀ ਸੀ ਵੀ ਸਾਡੀ ਚਾਨਣੀ ਦੀਵਾਲੀ ਆਊਗੀ, ਪਰ ਅਸੀਂ ਵੇਖ ਰਹੇ ਹਾਂ, ਮੇਰਾ ਘਰ ਵੀ ਇੱਥੇ ਮੰਡੀ ਦੇ ਨੇੜੇ ਹੀ ਹੈ, ਬਈ 10-10, 15-15 ਦਿਨ ਕਿਸਾਨ ਰੋਲ ਰਿਹਾ, ਕਿਉਂਕਿ ਜਿਹੜੀ ਸਰਕਾਰ ਨੇ ਲੇਟ ਬਿਜਾਈ ਕਰੀ ਸੀ, ਪਹਿਲਾਂ ਝੋਨਾ ਸਾਥੋਂ ਲੇਟ ਬਿਜਾਇਆ ਅਤੇ ਹੁਣ ਇਹਦੀ ਸੈੱਲ ਨਹੀਂ ਜਾ ਰਹੀ। ਹੁਣ ਸਰਕਾਰ ਨੂੰ ਵੀ ਚਾਹੀਦੀ ਆ ਕਿ 20-22 ਤੋਂ ਬੋਚਰ ਕਰਕੇ ਇਹਨੂੰ ਖਰੀਦੇ ਅਤੇ ਕਿਸਾਨਾਂ ਨੂੰ ਰਾਹਤ ਦੇਵੇ। ਹੁਣ ਤੁਸੀਂ ਦੇਖੋ ਕਿ ਬੋਚਰ ਕਿਹੜੇ ਢੰਗ ਨਾਲ ਆ ਸਕਦਾ, ਸਾਰੀ ਮੰਡੀ ਜਾਂ ਬੋਰੀਆਂ ਨਾਲ ਭਰੀ ਪਈ ਹੈ ਜਾਂ ਕਿਸਾਨਾਂ ਦਾ ਝੋਨਾ ਢੇਰੀਆਂ ਦੇ ਵਿੱਚ ਪਿਆ, ਨਾ ਸਾਥੋਂ ਇਹ ਫੋਲਿਆ ਜਾਂਦਾ ਅਤੇ ਨਾ ਹੀ ਇਹ ਚਕਾਈ ਹੁੰਦੀ ਹੈ। ਇਹ ਸਰਕਾਰ ਨੇ ਤਾਂ ਪਿਛਲੀਆਂ ਸਰਕਾਰਾਂ ਦਾ ਵੀ ਰਿਕਾਰਡ ਤੋੜਤਾ, ਕਿਉਂਕਿ ਅੱਜ ਤੋਂ 10 ਸਾਲ ਪਹਿਲਾਂ ਗੱਟੇ ਦੇ ਪੈਸੇ ਚੱਲਦੇ ਮੈਂ ਦੇਖੇ ਆ, ਮੈਂ ਖੁਦ ਦਿੱਤੇ ਆ, ਅਤੇ ਪਰ ਆ ਨਵੀਂ ਰੀਤ ਤੁਰ ਪਈ ਵੀ ਇਸ ਵਾਰ ਗੱਟੇ ਲੈ ਜਾ ਰਹੇ ਆ ਝੋਨੇ ਪਿੱਛੇ, ਜਿੰਨੇ ਵੀ ਜ਼ਿਮੀਂਦਾਰਾਂ ਦਾ ਝੋਨਾ ਤੁਲਦਾ, ਕਿਉਂਕਿ ਜ਼ਿਮੀਂਦਾਰ ਨੂੰ ਕੰਮ ਹੈ, ਉਹ ਅਖੀਰ ਨੂੰ ਕੀ ਕਰਦਾ, 5-7 ਦਿਨ ਰੁਲਦਾ ਅਤੇ ਹੰਭ ਕੇ ਗੱਟੇ ਦੇ ਕੇ ਤਲਾ ਕੇ ਚੱਲ। ਦੇਖੋ ਜੀ, ਸਾਡੇ ਕਿਸਾਨਾਂ ਦੀ ਤਾਂ ਮਜ਼ਬੂਰੀ ਹੁੰਦੀ ਹੈ, ਇੱਕ ਬੰਦਾ ਹੁੰਦਾ ਹੈ, ਉਹਨੇ ਅਗਲੀ ਫਸਲ ਵੀ ਬੀਜਣੀ ਹੁੰਦੀ ਹੈ, ਆਲੂ ਬੀਜਣੇ ਹੈ, ਕਣਕ ਬੀਜਣੀ ਹੈ, ਉੱਧਰੋਂ ਤਾਂ DAP ਬਹੁਤ ਘੱਟ ਮਿਲ ਰਿਹਾ, ਸ਼ਾਰਟੇਜ 'ਚ ਮਿਲ ਰਿਹਾ, ਇੱਕ ਬੰਦਾ ਉੱਧਰ ਭੱਜਿਆ ਫਿਰਦਾ। ਹੁਣ ਇਕੱਲਾ ਬੰਦਾ ਜਾਂ ਮੰਡੀ ਜਾਵੇ, ਮੰਡੀ 'ਚ ਰਹੇ, ਰਾਖੀ ਕਰੇ ਆਪਦੇ ਫਸਲ ਦੀ ਜਾਂ ਆਪਦੀ ਨਵੀਂ ਫਸਲ ਬੀਜੇ, ਹੁਣ ਇੱਕ ਬੰਦਾ ਕਿੱਧਰ ਕਿੱਧਰ ਹੋ ਸਕਦਾ। ਇਹ ਸਰਕਾਰਾਂ ਸਾਨੂੰ ਜੇ ਖਾਸ ਕਰ ਜ਼ਿਮੀਂਦਾਰ ਨੂੰ ਬਹੁਤ ਹੀ ਖੋਰਾ ਲਾ ਰਹੀਆਂ। ਅਸੀਂ ਬਦਲਾਅ ਇਸ ਕਰਕੇ ਲਿਆਂਦਾ ਸੀ ਵੀ ਨਵੀਂ ਕੋਈ ਸਰਕਾਰ ਬਣਾਈਏ ਤਾਂ ਕਿ ਸਾਡਾ ਜੋ ਕਾਂਗਰਸ ਅਕਾਲੀਆਂ ਵਾਲਾ ਉਹ ਗੱਠ ਟੁੱਟ ਸਕੇ, ਪਰ ਇਹਨਾਂ ਨੇ ਤਾਂ ਉਹਨਾਂ ਦਾ ਵੀ ਰਿਕਾਰਡ ਤੋੜਤਾ। ਮੈਨੂੰ ਲੱਗਦਾ ਵੀ ਇਹ ਉਦੋਂ ਵੀ ਅੱਗੇ ਜਾਣਗੇ। ਦੇਖੋ ਜੀ, ਸਾਨੂੰ ਤਾਂ ਇਹ ਲੱਗਦਾ ਵੀ ਜਿਹੜੇ AC ਕਮਰਿਆਂ ਦੇ ਵਿੱਚ ਬਹਿ ਕੇ ਪਾਲਸੀਆਂ ਬਣਦੀਆਂ ਇਹ ਬੰਦ ਹੋਣੀਆਂ ਚਾਹੀਦੀਆਂ। ਜ਼ਿਮੀਂਦਾਰ ਦੇ ਖੇਤ 'ਚ ਜਾਓ, ਕਿਸੇ ਆਪਾਂ ਟਰਾਇਲ ਦੇ ਤੌਰ 'ਤੇ 2 ਕਿੱਲੇ 1 ਕਿੱਲਾ ਝੋਨਾ ਕਢਿਆ ਲੈਂਦੇ ਹਾਂ ਅਤੇ ਅੱਜ ਤੋਂ 1 ਮਹੀਨੇ ਨੂੰ ਵੱਢਾਂਗੇ, ਫਿਰ ਵੀ ਉਹਦਾ ਬੋਚਰ ਆ ਜੇ ਤਾਂ ਅਸੀਂ ਜ਼ਿੰਮੇਵਾਰ ਹੋਵਾਂਗੇ, ਕਿਉਂਕਿ ਹੁਣ ਮੌਸਮ ਬਦਲ ਚੁੱਕਿਆ, ਸਾਡਾ ਝੋਨਾ ਪਹਿਲਾਂ ਲੇਟ ਲਵਾਇਆ, ਉਸ ਕਰਕੇ ਇਹ ਨਵੀਂ ਆ ਰਹੀ ਹੈ, ਸਾਡਾ ਇਹਦੇ ਵਿੱਚ ਕੋਈ ਕਸੂਰ ਨਹੀਂ। ਸਰਕਾਰ ਨੂੰ ਚਾਹੀਦਾ ਕਿ 22 ਬੋਚਰ ਘੱਟ ਤੋਂ ਘੱਟ ਕਰੇ ਤਾਂ ਕਿ ਕਿਸਾਨ ਦਾ ਜਿਹੜਾ ਝੋਨਾ ਉਹ ਫਸਲ ਚੱਕੀ ਜਾ ਸਕੇ। ਮੰਡੀ ਜਿਹੜੀ ਪਹੁੰਚ ਹੁੰਦੀ ਹੈ ਨਾ, ਉਹ ਜਾਂ ਤਾਂ ਆੜ੍ਹਦੀਏ ਤਾਂ ਹੀ ਹੁੰਦੀ ਹੈ ਅਤੇ ਜਾਂ ਮੰਡੀ ਦੇ ਚੌਧਰੀ ਤੱਕ ਹੁੰਦੀ। ਅਸੀਂ ਮੰਡੀ ਦੇ ਚੌਧਰੀ ਨੂੰ ਦਵਾ ਦਿੰਦੇ ਹਾਂ ਕਿ ਤੂੰ ਸਾਡਾ ਝੋਨਾ ਨਹੀਂ ਚੱਕ ਰਿਹਾ, ਆੜ੍ਹਤੀਏ ਨੂੰ ਦਵਾ ਦਿੰਦੇ ਹਾਂ, ਪਰ ਇਹ ਕਹਿੰਦੇ ਸਾਨੂੰ ਸੈਲਰਾਂ ਵਾਲਿਆਂ ਦਾ ਗਾਂਹ ਤੋਂ ਮਜਬੂਰੀ ਹੈ। ਹੁਣ ਅਸੀਂ ਤਾਂ 3ਜੀ ਪਾਰਟੀ ਨੂੰ ਜਾਣਦੇ ਨਹੀਂ। ਇੱਥੇ ਮੈਂ ਦੇਖਿਆ ਬਈ ਉਹ ਚੱਕ ਕੇ ਜਿਹੜੀਆਂ ਫਰੀਆਂ ਜੀਆਂ ਇਹਦੇ 'ਚ ਨਮੂਨਾ ਜਿਹਾ ਕੱਢਦੇ ਹੁੰਦੇ ਆ, ਉਹ ਲਈ ਫਿਰਦੇ ਆ ਸ਼ੈਲਰਾਂ ਵਾਲੇ। ਮੰਡੀ ਦੇ ਵਿੱਚ ਇੱਕ ਨਵੀਂ ਰੀਤ ਦੇਖੀ ਹੈ, ਜੇ ਉਹ ਤੁਹਾਡਾ ਬੋਰੀ ਚੈੱਕ ਕਰਦੇ ਆ, ਜੇ ਉਹਨਾਂ ਨੂੰ ਪਾਸ ਕਰਦੇ ਆ ਤਾਂ ਉਹ ਗੱਡੀ ਭਰ ਲੈਂਦੇ ਆ, ਨਹੀਂ ਉਹਨਾਂ ਦੀ ਗੱਡੀ ਕਰਦੇ ਆ। ਇਹ ਕਹਿੰਦੇ ਉੱਥੋਂ ਵੀ ਗੱਡੀਆਂ ਮੈਂ ਮੁੜੀਆਂ ਦੇਖੀਆਂ, ਸ਼ੈਲਰ 'ਚੋਂ ਵੀ ਗੱਡੀਆਂ ਮੈਂ ਇੱਥੇ ਮੰਡੀ 'ਚ ਮੁੜੀਆਂ ਦੇਖੀਆਂ। ਉਸ ਕਰਕੇ ਲੇਬਰ ਦੀ ਵੀ ਮਜਬੂਰੀ ਬਣ ਗਈ ਬਈ ਇਹ ਸਾਥੋਂ ਮੰਗਦੇ ਆ, ਅਸੀਂ ਇਹਨਾਂ ਨੂੰ ਕਹਿੰਦੇ ਹਾਂ ਤੁਸੀਂ ਸਾਥੋਂ ਗੱਟੇ ਲੈਂਦੇ ਹਾਂ, ਪਰ ਇਹ ਕਹਿੰਦੇ ਸਾਡੀ ਮਜਬੂਰੀ ਹੈ, ਸਾਡੀ ਗੱਡੀ ਨਹੀਂ ਲੈ ਰਹੀ, ਸਾਨੂੰ ਬੜੀ ਫਿਰ ਦੁਬਾਰਾ ਲੇਬਰ ਪੈਂਦੀ ਹੈ, ਇੱਥੇ ਆ ਕੇ ਢੇਰੀ ਹੁੰਦੀ ਹੈ ਅਤੇ ਫਿਰ ਜਾ ਕੇ ਅਸੀਂ ਕਿਤੇ। ਜੇ ਸੋਚਿਆ ਜਾਵੇ ਜੋ ਥੱਲੜੇ ਲੈਵਲ ਤੋਂ ਜਿਹੜਾ ਵੀ ਕੰਮ ਚੱਲਣਾ ਉਹ ਕਿਸਾਨ ਤੋਂ ਚੱਲਣਾ, ਸਾਡੀ ਜਿੰਨੀ ਵੀ ਲੇਬਰ ਹੈ ਪਹਿਲਾਂ ਲੇਬਰ ਝੋਨਾ ਲਾਉਂਦੀ ਹੈ, ਫਿਰ ਸਾਡੇ ਨਾਲ ਕੰਮ ਕਰਾਉਂਦੀ ਹੈ, ਮੰਡੀ ਤੱਕ ਪਹੁੰਚਾਉਂਦੇ ਹਾਂ ਅਸੀਂ, ਫਿਰ ਇਹ ਮੰਡੀ 'ਚ ਕੰਮ ਕਰਦੇ ਆ, ਅਤੇ ਇਹਨਾਂ ਦਾ ਰੁਜ਼ਗਾਰ ਤੋਂ ਲੱਗੇ ਉੱਪਰ ਤੱਕ
पर सरकारां दी एक पॉलिसी है कि जिमीदार नूं थले ला के रखना, जे जिमीदार थले होया तो बचना इन्हां ने भी नहीं, क्योंकि अज तो पहला जे ये बाहर तुरे फिरते इन्हां फसलां दे लई बाहरों मंगवा सकते हैं तो साडे किसान नूं ये क्यों नहीं प्रॉपर कुछ दे सकते, इन्हां नूं सहूलत देनी तां की, ये तो साडी फसल भी नहीं चकते, इसलिए असीं बड़े दुखी हैं इन्हां तों। तो साडी बेनती है कि साडी जिहड़ी ये बोचर है जिहड़ी तुसीं सैल समझदे हो ये सैल नूं उच्चा चक के घट तो घट बाई करो ता कि मजदूर भी सौखा हो, किसान भी सौखा हो, असी आपकी अगला फसल असं मशीन बारे जमा ही नहीं जानते, जो कुछ सानू इंजीनियर दस रहे हैं, जे तुसी झोना एकदम मारोगे तो उहदा बोचर होर आऊगा, जे तुसी हौली हौली पाओगे तो बोचर होर आऊगा, हुण सानू तां ढंग ही है नहीं, असी खुद कितों दे अनपढ़ लोक आ, असी पेंडू लोक आ, सानू कोई बड़ा इस जानकारी नहीं, साड़ी केड़ा इंजीनियर कीती है, बिल्कुल असी तो सिर्फ जिमीदारा करन जानते हैं, इसलिए पता नहीं असी तो रब आसरे हैं या इन्हां दे आसरे हैं, असी सरकारां बदलते हैं वे साड़ी कोई गल बनूगी ते पर साड़ी गल तीजी सरकार ने भी नहीं कुछ सुनी। सो दर्शको एक किसान सी जिन्हां ने हड बीती सुनाई है कि सातों पांच पांच गट्टे मंगे जा रहे ने 100, मगर जे 100 गट्टा भराउणा पांच गट्टे नाल तकरीबन जिहड़ा आम नॉर्मल किसान भी आ 2-2.5 किले वाला 10,000 रुपया सीधा 10-12,000 रुपये का कहिंदे बट्टा उन्हूं लग रहा, तो सरकार कह रही है दावे कर रही है इत्थे आ के असल हकीकत कोई देखता नहीं, क्यों नहीं आवाज़ चक रहे किसान? इहदे पिछे बहुत वड्डा कारण है कि सेलरां वाले डराउंदे ने जे तुसीं बोले तुहाडा झोना मंडी च पिया रहू, तुहाडे सेल बहुत आ, नमी बहुत है, असी तुहाडा झोना जिहड़ा चक्कण लगे नहीं, तुहाडा झोना मंडियां च रुलजू, तुसीं नहीं गट्टे दे दिओ, इन्हां नूं डरा धमका के किसानां नूं उन्हां तों सैदरां वाले गट्टे लै के जा रहे ने। सो असी उच्च अधिकारियां नूं, फूड सप्लाई महकमे नूं अते आम आदमी पार्टी की सरकार नूं अपील करदे आं, बेनती करदे आं किसानां वल्लों, अन्नदाता अज तुहाडी सरकार च मंडियां च रुल रहा है, कहिंदे पहली बार होया, क्योंकि पहला पैसे ले जाते होंगे सी गट्टिया मगर, उदू बाद कैप्टन अमरिंदर सिंह ने कहते कल्चर बंद करता सी, गट्टे नहीं ले जाते सी, पिछले साल भी नहीं ले गए तो उदू पहला भी नहीं, पर एर की फिर वह पिरत पै गई आ कि झोना लेट लाया, उत्तों त्रेल पैंदी आ, नमी का बहाना ला के कि नमी बहुत ज़्यादा आ, सुकाउण नूं थां नहीं, आ दे लो 4 सपेरे कैमरामैन फिर दिखा रहा बोरियां पईआं मंडी दे विच्चों, लिफ्टिंग क्यों नहीं करवाई जा रही, इहदे विच बोरियां बोरियां पईआं ढेरियां तुहानूं कोई दिसणियां नहीं, टामगा है वह ढेरी भरी जाती जिहड़ा गट्टे देगा, नहीं उहनूं बिठाया जाता, झोना खलारन नूं भी थां नहीं हैगा मंडी दे विच। सो इन्हां दी तुरंत सुनी जाए, जिहड़े सैलर वाले ने किसानां नूं डरा के उहनां दी लुट कीती आ, उहनां ते जिथे फड़ां दे विच लुट हुई आ उहनां ने क्यों नहीं तां रिपोर्ट दित्ती, उहनां ते तुरंत कानूनी कार्रवाई, जिहड़े भी दोषी पाई जांदे उहनां ते होनी चाहीदी है। अगे भी अपडेट देवांगे, बने रहो, कैमरामैन रमेश दे नाल चमकौर लोपो मोगा। होएगी किसानां दी गल, नवीं खेती मशीनां, बीजां ते बागां दी गल, लेके चलांगे तुहानू रंगले पंजाब दे खेतां वल। देखना ना भुलना साडा खास प्रोग्राम फार्मिंग विद अमरजीत वड़ैच, सोमवार तो शुक्रवार सवेरे 7:30 बजे D5 चैनल पंजाबी ते। की हुंदी है जमाबंदी, किवें बनदी है वसीयत, जमीन जायदाद दे हर मसले ते करांगे चर्चा, देखना ना भुलना साडा खास प्रोग्राम नायब तहसीलदार .com D5 चैनल पंजाबी, हुणे सब्सक्राइब करो, बैल आइकन ते क्लिक करो।